ਅਸਲਾਮ ਵਾਲੇਕਮ ਜੀ ਜੀ ਆਇਆਂ ਨੂੰ ਮੇਰੇ ਚੈਨਲ ਤੇ ਤੇ ਅੱਜ ਬੈਠੇ ਬੈਠੇ ਦਿਲ ਕਰ ਪਿਆ ਸੇਵੀਆਂ ਮਿੱਠੀਆਂ ਬਣਾਉਣ ਤੇ ਤੇ ਮੈਂ ਕਿਹਾ ਚਲੋ ਬਣਾ ਕੇ ਖਾਣੇ ਰਿਆਂ ਮਿੱਠੀਆਂ ਸੇਵੀਆਂ ਤੇ ਤੁਸੀਂ ਮੈਨੂੰ ਫੋਲੋ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਤੇ ਅਸੀਂ ਸੇਵੀਆਂ ਮਿੱਠਿਆ ਬਣਾਣੇ ਰਿਹਾ ਤੇ ਕਿਨੂ ਕਿਨੂ ਪਸੰਦੇ ਰੀਆਂ ਨੇ ਤੇ ਮਿੰਟਾਂ ਚ ਤੇ ਬਹੁਤ ਜਲਦੀ ਬਣ ਜਾਂਦੀਆਂ ਨੇ ਇੱਕ ਪਤਲੀ ਲਈਏ ਰਿਸੋਂ ਦੇ ਚ ਮੈਂ ਪਾਇਆ ਥੋੜਾ ਬਟਰ ਪਾਇਆ ਨਾਲ ਦੋ ਚੁੱਕੂ ਚਮਚੇ ਮੈਂ ਪਾਇਆ ਸੰ ਤੇਲ ਦੇ ਤਾਂ ਕਿ ਬਟਰ ਸੜ ਨਾ ਜਾਵੇ ਕਿਉਂਕਿ ਬਟਰ ਦੇ ਨਾਲ ਤੇਲ ਪਾਉਣਾ ਸੜਦਾ ਨਹੀਂ ਹੈ ਤੇ ਦੋ ਤਿੰਨ ਮੈਂ ਪਾਤੀਆਂ ਨੇ ਸਾਂ ਲਾਚੀਆਂ ਤੇ ਜਿਵੇਂ ਬਟਰ ਮੈਲਟ ਹੋ ਗਿਆ ਰਸੀ ਤੇ ਮੈਂ ਇੱਕ ਪੈਕ ਲਿਆ ਸੀ ਸੇਵੀਆਂ ਦਾ ਤੋ ਉਹਨੂੰ ਚੰਗੀ ਤਰ੍ਹਾਂ ਤੋਲ ਲੈਣਾ ਤੋੜ ਕੇ ਉਹਨੂੰ ਮੈਂ ਛੁੱਟ ਦਿੱਤੀਆਂ ਵਿੱਚ ਤੇ ਹੁਣ ਇਹਨੂੰ ਅਸੀਂ ਸੇਵੀਆਂ ਨੂੰ ਭੁੰਨਣਾ ਹੈ ਰਵੇ ਤਾਂ ਕਿ ਜਰਾ ਨਾ ਇਹਨਾਂ ਦਾ ਕਲਰ ਚੇਂਜ ਹੋ ਜਾਵੇ ਜਰਾ ਜਦੋਂ ਤੁਹਾਨੂੰ ਲੱਗੇ ਕਿ ਸਾਰੀਆਂ ਸੇਵੀਆਂ ਪੁੱਜ ਗਈਆਂ ਨੇ ਤੇ ਇਹਦੇ ਵਿੱਚ ਇੱਕ ਕੱਪ ਨਾ ਛੋਟਾ ਜਿਹਰਾ ਹੈ ਜਿਹੜਾ ਕੱਪ ਮੈਂ ਤੁਹਾਨੂੰ ਹੈ ਇੱਕ ਕੱਪ ਚੀਨੀ ਦਾ ਪਾ ਦੇਣਾ ਤੇ ਇੱਕ ਕੱਪ ਚੀਨੀ ਦਾ ਪਾਉਣ ਤੋਂ ਬਾਅਦ 1 ਮਿੰਟ ਇਹਨੂੰ ਚੰਗੀ ਤਰ੍ਹਾਂ ਚਲਾਉਣ ਤੋਂ ਬਾਅਦ 2 ਕੱਪ ਤੁਸੀਂ ਪਾਣੀ ਦੇ ਪਾਣੇ ਨੇ ਇੱਕ ਨਹੀਂ 2 ਕੱਪ ਇੱਕ ਵਾਰਾ ਭੁੱਲ ਗਈਆਂ 2 ਕੱਪ ਪਾਣੀ ਦੇ ਪਾ ਕੇ ਤੇ ਬਿਲਕੁਲ ਮੀਡੀਅਮ ਅੱਗ ਤੇ ਕਰ ਦੇਣਾ ਤੇ ਹੁਣ ਇਹਨੂੰ ਸੇਵੀਆਂ ਨੂੰ ਪਕਣ ਦੇਣਾ ਤੇ ਦੇਖੋ ਜੀ ਵਿਚਕਾਰ ਇੱਕ ਦਫ਼ਾ ਝਾਤੀ ਮਾਰ ਲੈਣਾ ਕਿ ਥੋੜਾ ਕੋਈ ਜਦੋਂ ਬਿਲਕੁਲ ਥੋੜਾ ਪਾਣੀ ਰਹਿ ਜਾਵੇ ਤੇ ਹੁਣ ਇਹਦੇ ਵਿੱਚ ਮੈਂ ਮੇਵੇ ਤੇ ਥੋੜੇ ਕੋਨਾ ਬਦਾਮ ਕੱਟ ਤਾਂ ਕਿ ਜਰਾ ਮੂੰਹ ਚ ਨਾ ਮੇਵਾ ਤੇ ਬਦਾਮ ਵੀ ਆਏ ਨਾ ਪਤਾ ਲੱਗੇ ਸੇਵੀਆਂ ਖਾਣੇ ਪਿਆ ਮਿੱਠੀਆਂ ਤੇ ਆ ਵੇਖੋ ਜੀ ਸੇਵੀਆਂ ਬਣ ਗਈਆਂ ਹਰੀਆਂ ਨੇ ਲੇਕਿਨ ਹੁਣ ਮੈਂ ਜਰਾ ਥੋੜਾ ਬੋਤਾ ਜਿਹੜਾ ਪਾਣੀ ਹੈ ਨਾ ਉਹਨੂੰ ਬਿਲਕੁਲ ਡਰਾਈ ਕਰ ਲੈਣਾ ਡਰਾਈ ਹੋ ਗਿਆ ਤਾਂ ਹੁਣ ਅਸੀਂ ਕੱਢ ਲਾਂਗੇ ਪਲੇਟ ਦੇ ਵਿੱਚ ਤੇ ਇਡੀਆਂ ਮਜ਼ੇ ਦੀਆਂ ਬਣੀਆਂ ਨੇ ਨਾ ਤੇ ਹੁਣ ਖਾਣੇ ਆ ਦੇਖੋ ਪਲੇਟ ਕਿੱਡੀ ਵਧੀਆ ਰਹੀ ਹੈ ਨਾ ਦਿਲ ਦੀ ਦਿਲ ਕੀਤਾ ਸੀ ਸੇਵੀਆਂ ਸੇ ਤੇ ਮੈਂ ਕਿਹਾ ਦਿਲ ਵਾਲੀ ਪਲੇਟ ਹੀ ਜੀ ਪਾਣੇ ਆ ਸੀ ਸੇਵੀਆਂ ਤੇ ਮੈਂ ਵਿੱਚ ਪਾਈਆਂ ਸੇਵੀਆਂ ਪਲੇਟ ਦੇ ਵਿੱਚ ਦਿਲ ਵਿੱਚ ਤੇ ਨਾਲ ਉੱਤੇ ਫਿਰ ਮੈਂ ਬਦਾਮ ਛੋਟੇ ਛੋਟੇ ਪੀਸ ਕਰਕੇ ਕੱਟ ਕੇ ਉੱਤੇ ਪਾਏ ਰਹੇ ਸਨ ਤੇ ਫਿਰ ਇਹਨਾਂ ਨੂੰ ਮੈਂ ਵਹਾਇਆ ਤੁਹਾਨੂੰ ਕਿ ਮੈਂ ਬਣਾਈਆਂ ਸਨ ਮਿੱਠੀਆਂ ਸੇਵੀਆਂ ਤੇ ਮੈਨੂੰ ਕਮੈਂਟ ਤੇ ਲਾਈਕ ਜ਼ਰੂਰ ਕਰਨਾ ਤੇ ਨਾਲੇ ਮੈਨੂੰ ਫਿਰ ਵੀਡੀਓ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਤੁਹਾਨੂੰ ਮੇਰੀ ਵੀਡੀਓ ਕੈਸੀਆਂ ਲੱਗੀਆਂ ਤੇ ਇਹ ਬਣ ਗਿਆ ਸਨ ਸੇਵੀਆਂ ਬਹੁਤ ਜਲਦੀ ਤੇ ਬਹੁਤ ਫਾਸਟ ਤੇ ਫੋਲੋ لازਮੀ ਕਰਨਾ ਅੱਲਾ ਫੀਸ